ਸਰਬਤ ਸੰਗਤਾਂ ਇੱਕੋ ਵਾਰੀ ਕਹਿਣ ਦੇ ਆਖੋ ਜੀ ਵਾਹ।
ਸਫਲਾ ਬਣਾ ਰਹੇ ਹਨ। ਸਤਿਗੁਰ ਜੀ ਕਹਿੰਦੇ ਹਨ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ। ਆਪਾਂ ਸਾਰੇ ਇਨਸਾਫ ਲੈਣ ਵਾਸਤੇ ਇਕੱਤਰ ਹੋਏ ਹਾਂ। ਅੱਜ ਤੋਂ 3 ਸਾਲ ਪਹਿਲਾਂ ਇੱਥੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾਂ ਨੂੰ ਇੱਥੋਂ ਦੀਆਂ ਗਲੀਆਂ ਨਾਲੀਆਂ ਵਿੱਚ ਖਿਲਾਰਿਆ ਸੀ। ਉਸ ਦਾ ਇਨਸਾਫ ਆਪਾਂ ਨੂੰ ਅੱਜ ਤੱਕ ਨਹੀਂ ਮਿਲਿਆ। ਫਿਰ 1947 ਈਸਵੀ ਵਿੱਚ ਭਾਰਤ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ 94% ਕੁਰਬਾਨੀਆਂ ਦਿੱਤੀਆਂ, ਪਰ ਉਦੋਂ ਵੀ ਸਿੱਖਾਂ ਦੇ ਨਾਲ ਇਹਨਾਂ ਸਰਕਾਰਾਂ ਨੇ ਧੋਖਾ ਕੀਤਾ। ਬਾਅਦ ਵਿੱਚ ਜਦੋਂ ਦਿੱਲੀ ਵਿੱਚ ਕਈ ਸਿੰਘਾਂ ਨੂੰ ਕੋਹ-ਕੋਹ ਸ਼ਹੀਦ ਕੀਤਾ ਗਿਆ, ਨਸ਼ਲਕੋਸ਼ੀ ਕੀਤੀ ਗਈ, ਕਤਲੇਆਮ ਕੀਤੀ ਗਈ ਸਿੰਘਾਂ ਨਾਲ। ਫਿਰ ਉਸ ਤੋਂ ਬਾਅਦ 25,000 ਸਿੰਘਾਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ, 25,000 ਸਿੰਘਾਂ ਨੂੰ ਅੱਤਵਾਦੀਆਂ ਦਾ ਨਾਮ ਦਿੱਤਾ ਗਿਆ। ਉਸ ਮੌਕੇ ਦੇ ਸੀਨ ਨੂੰ ਇੱਕ ਕਵੀ ਨੇ ਆਪਣੀਆਂ 4 ਸਤਰਾਂ ਵਿੱਚ ਲਿਖਿਆ ਹੈ। ਕਵੀ ਕਹਿੰਦਾ ਹੈ, ਵਿੱਚ ਪੰਜਾਬ ਦੇ ਨੱਚੀ ਉਹ ਮੌਤ ਨਹੀਂ ਭੁੱਲਦੀ, ਵਿੱਚ ਪੰਜਾਬ ਦੇ ਨੱਚੀ ਉਹ ਮੌਤ ਨਹੀਂ ਭੁੱਲਦੀ, ਬੁੱਢੇ ਮਾਪੇ ਕਰ ਗਈ ਉਹ ਮੌਤ ਨਹੀਂ ਭੁੱਲਦੀ, ਅੱਖਾਂ ਸਾਹਮਣੇ ਪੁੱਤਰ ਜਿਹਦਾ ਮਰਿਆ ਕੋਹ-ਕੋਹ ਕੇ, ਉਹ ਇੱਕ ਮਾਂ ਮੰਗਦੀ ਹੈ ਇਨਸਾਫ ਕਚਹਿਰੀਆਂ ਵਿੱਚ ਰੋ ਰੋ ਕੇ। ਮਾਂ ਕਹਿੰਦੀ ਹੈ, ਸਾਧਾਂ ਵਰਗਾ ਪੁੱਤ ਸੀ ਮੇਰਾ, ਅੱਤਵਾਦੀਆ ਕਹਿ ਕੇ ਉਹ ਜ਼ਾਲਮ ਨੇ ਹੱਥ ਬੰਨ ਲਏ ਮੇਰੀ ਚੁੰਨੀ ਲੈ ਕੇ। ਮੈਂ ਭਾਈ ਰੋਣਾ ਤੇ ਗੁਰ ਲਾਉਣਾ, ਉਹ ਢਾਡਿਆਂ ਕੋਲੋਂ ਕਿਵੇਂ ਛਡਾਉਣਾ, ਮੇਰੀ ਪੇਸ਼ਣਾ ਕੋਈ ਚੱਲੇ ਲੈ ਗਈ ਹੱਥੋਂ ਖੋ-ਖੋ ਕੇ। ਇੱਕ ਮਾਂ ਰੋਂਦੀ ਗੁਰ ਲਾਉਂਦੀ ਏ, ਇੱਕ ਮਾਂ ਮੰਗਦੀ ਇਨਸਾਫ ਕਚਹਿਰੀਆਂ ਦੇ ਵਿੱਚ ਰੋ ਰੋ ਕੇ। 25,000 ਸਿੰਘਾਂ ਨੂੰ ਜਦੋਂ ਅੱਤਵਾਦੀਆਂ ਦਾ ਨਾਮ ਦੇ ਕੇ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ, ਉਦੋਂ ਵੀ ਅਸੀਂ ਕਈ ਧਰਨੇ ਲਾਏ, ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਫਿਰ ਜਦੋਂ 1984 ਈਸਵੀ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਉਸ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲੇ ਕਰ ਦਿੱਤੇ, ਜਿਸ ਵਿੱਚ ਅਨੇਕਾਂ ਸਿੰਘ ਸ਼ਹੀਦ ਹੋਏ, ਅਨੇਕਾਂ ਹੀ ਪਰਿਵਾਰ ਸ਼ਹੀਦ ਹੋਏ, ਤੇ ਉਸ ਦਾ ਇਨਸਾਫ ਲੈਣ ਵਾਸਤੇ ਵੀ ਅਸੀਂ ਅਨੇਕਾਂ ਹੀ ਧਰਨੇ ਲਾਏ, ਪਰ ਅੱਜ ਤੱਕ ਉਸ ਦਾ ਇਨਸਾਫ ਨਹੀਂ ਮਿਲਿਆ। ਜਦੋਂ ਉਸ ਢਾਏ ਹੋਏ ਹਰਿਮੰਦਰ ਸਾਹਿਬ ਨੂੰ, ਉਸ ਢਾਏ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੰਘਾਂ ਨੇ ਤੱਕਿਆ, ਜਿਵੇਂ ਸਿੰਘਾਂ ਵਿੱਚ ਰੋਸ ਜਾਗਿਆ, ਜਿਵੇਂ ਸਿੰਘਾਂ ਨੇ ਬਦਲੇ ਲਏ, ਉਸ ਸਮੇਂ ਦੇ ਸੀਨ ਨੂੰ 98 ਕਲੀਏ ਦੇ ਰੂਪ ਵਿੱਚ ਇਹੋ ਬਿਆਨ ਕਰਦੇ ਹਾਂ। ਦਿਲ ਨੂੰ ਮਜਿੱਠਾ ਕਰ ਗਈ ਬਲਦੀਆਂ ਲਾਤਾਂ, ਉੱਠਣ ਚਾਰੇ ਨਾਤਾਂ ਮੰਦਰੀ ਨੂੰ ਵਿਆਹ ਦਿਲਾਂ ਵਿੱਚ ਸ਼ੇਰ ਅਣਕੀਆਂ। Yeah.
ਸੋ ਸਾਰੀ ਸੰਗਤ ਇੱਕੋ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ।